बाबा वकाला से दवाई लेकर फतेहगढ़ साहब जा रहे अल्टो कार को उस समय पीछे से ट्रक ने टक्कर मार दी, जब कार ड्राइवर फगवाड़ा शुगर मिल चौक में लाल बत्ती दौरान खड़ा हो गया। टक्कर के दौरान कार के शीशे टूट गए और बॉडी को काफी नुकसान हुआ। मौके पर थाना सिटी के SSI बलदेव सिंह पहुंचे और ट्रक व कार को थाने ले आए। पुलिस ने ट्रक चालक को गिरफ्तार कर मामला दर्ज कर लिया है। भाजी की नाम भाई जी, मेरा नाम गुलजार सिंह है, मैं रेड बत्ती से खड़ा हो रहे, इन्हें ट्रक वाले ने लिया के मेरी गड्डी के पिछे मारी, बिल्कुल साडा कोई कसूर नहीं, इन्हें रेड बत्ती नहीं देखी, पता नहीं दारू पीती भी है जा क्या करे हुआ, गड्डी यदि लोड है सारी मेरी गड्डी भनती। असी बाबा बकाले तो आ रहे थी, साडे नाल मरीज है जी, कैंसर का मरीज है, वो भी सट्टा बचिया, असी जाना फतेहगढ़ साहब जी, फतेहगढ़ साहब जाना जी। ਕਿੰਨਾ ਨੁਕਸਾਨ ਹੋ ਗਿਆ ਤੁਹਾਡਾ? ਸਾਡੇ ਨੁਕਸਾਨ ਸਾਡਾ ਘੱਟੋ ਘੱਟ ਵੀ 60-70 ਹਜ਼ਾਰ ਦਾ ਨੁਕਸਾਨ ਹੈ, ਮੂਲੀ ਜੇ ਐਸਟੀਮੇਟ ਦਵਾਈਏ ਤਾਂ ਵੱਧ ਵੀ ਹੋ ਸਕਦਾ ਜੀ। ਹੁਣ ਕੀ ਕਹਿੰਦੇ ਪੁਲਿਸ ਵਾਲੇ ਤੁਹਾਨੂੰ? ਪੁਲਿਸ ਵਾਲੇ ਤਾਂ ਕਹਿੰਦੇ ਵੀ ਫੈਸਲਾ ਕਰ ਲਓ ਆਪਣਾ, ਪਰ ਅਸੀਂ ਕਹਿੰਦੇ ਵੀ ਸਾਡੇ ਪੈਸੇ ਦਵਾ ਦਿਓ ਜੀ, ਤਾਂ ਅਸੀਂ ਸਾਡਾ ਫੈਸਲਾ ਨਹੀਂ, ਸਾਡਾ ਬਿਲਕੁਲ ਫੈਸਲਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ, ਕੱਢ ਜੋੜ ਦਾ? ਨੁਕਸਾਨ ਸਾਡੇ ਉਹ ਬੰਦੇ ਦੇ ਲੱਗੀ ਜੀ, ਪਿੱਛੇ ਸਿਰ ਵੱਜਿਆ, ਉਹ ਦੇਖਾਂਗੇ ਕਿੰਨੀ ਕੁ ਸੱਟ ਆ, ਉਹਦੇ ਮੇਰੇ ਪਾਸੇ ਬੈਠਾ ਤਾਂ ਉਹਦੇ ਪਿੱਛੇ ਵੱਜੀ। ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਹਾਂ ਸਾਡੀ ਗੱਡੀ ਠੀਕ ਕਰਾ ਦੇਵੇ, ਅਸੀਂ ਬੇਕਸੂਰ ਹਾਂ, ਗੱਡੀ ਠੀਕ ਕਰਾ ਦੇਵੇ, ਜਾਵੇ ਆਪਣਾ ਜੀ। ਕਹਿੰਦੇ ਤੁਸੀਂ ਰੈੱਡ ਲਾਈਟ 'ਤੇ ਖੜ੍ਹੇ ਸੀਗੇ? ਅਸੀਂ ਰੈੱਡ ਲਾਈਟ 'ਤੇ ਖੜ੍ਹੇ ਹਾਂ, ਰੈੱਡ ਲਾਈਟ ਹੋਈ ਵੀ ਆ, ਲਿਆ ਕੇ ਇੱਕਦਮ ਪਿੱਛੇ ਮਾਰੀ। ਹਾਂਜੀ ਭਾਅ ਜੀ, ਕੀ ਮਾਮਲਾ ਜਿਹੜੇ ਗੱਡੀ ਵਾਲਾ? ਗੱਡੀ ਸੀਗੇ ਆਪਣੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਵਿਅਕਤੀ ਸੀਗੇ ਜਰਨੈਲ ਸਿੰਘ ਜੀ, ਅਤੇ ਇਹ ਆਪਣੇ ਬ੍ਰਦਰ ਨੂੰ ਬਾਬਾ ਬਗਾਲਾ ਤੋਂ ਮੱਥਾ ਟਿਕਾ ਕੇ ਘਰ ਨੂੰ ਵਾਪਸ ਜਾ ਰਹੇ ਸੀਗੇ, ਜਦ ਇਹ ਲਾਈਟਾਂ ਵਾਲੀ ਚੌਂਕ 'ਚ ਪੁੱਜੇ ਅਤੇ ਲਾਲ ਲਾਈਟਾਂ ਹੋਈਆਂ ਸੀਗੀਆਂ, ਪਿੱਛੋਂ ਇੱਕ ਕੈਂਟਰ ਆਇਆ ਜਿਹਨੇ ਕਿ ਹਿੱਟ ਮਾਰੀ, ਔਰ ਇਹਨਾਂ ਦਾ ਜਿਹੜੀ ਗੱਡੀ ਦਾ ਨੁਕਸਾਨ ਹੋ ਗਿਆ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਅਤੇ ਗੱਡੀ ਦਾ ਨੁਕਸਾਨ ਜ਼ਰੂਰ ਹੋਇਆ, ਅਤੇ ਇਹਦੀ ਜਿਹੜੀ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਸਰ ਪਰਚਾ ਕਿੱਦਾਂ ਹੋ ਗਿਆ ਕਿ ਨਹੀਂ? ਪਰਚਾ ਹੋ ਗਿਆ ਜੀ, ਪਰਚਾ ਕਰ ਦਿੱਤਾ, ਅਤੇ ਉਹਦੇ ਅਗਲੀ ਤਫਤੀਸ਼ ਜਾਰੀ ਹੈ। ਕਿਹੜੀ ਕਾਰਵਾਈ ਕੀਤੀ? ਜੋ ਬਣਦੀ ਕਾਰਵਾਈ ਸੀਗੀ ਉਹ ਕੀਤੀ ਜਾ ਰਹੀ ਹੈ।